ਕੁਦਰਤੀ ਵਿਗਿਆਨ ਨਾਲ ਜੁੜੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਅੰਗੂਰਾਂ ਦੇ ਬਾਰੇ ਅੰਗੂਰ ਬਹੁਤ ਹੀ ਸੁੰਦਰ ਤੇ ਰਸ ਭਰਪੂਰ ਸੁਆਦੀਸ਼ਟ ਫਲ ਹੈ ਜਿਸ ਨੂੰ ਖਾਣ ਨਾਲ ਮਨੁੱਖੀ ਸਰੀਰ ਨੂੰ ਅਣਗਿਣਤ ਫਾਇਦੇ ਹੁੰਦੇ ਹਨ ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਅੰਗੂਰਾਂ ਵਿੱਚ ਕਿਹੜੇ-ਕਿਹੜੇ ਤੱਤ ਪਾਏ ਜਾਂਦੇ ਹਨ ਤੇ ਉਹਨਾਂ ਤੱਤਾਂ ਦਾ ਸਰੀਰ ਨੂੰ ਕੀ ਲਾਭ ਪ੍ਰਾਪਤ ਹੁੰਦਾ ਹੈ ਤੇ ਇਹ ਕਦੋਂ ਤੇ ਕਿੰਨੀ ਮਾਤਰਾ ਵਿੱਚ ਖਾਣੇ ਚਾਹੀਦੇ ਹਨ ਜੇਕਰ 100 ਗ੍ਰਾਮ ਅੰਗੂਰਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ 75 ਤੋਂ 85% ਤੱਕ ਪਾਣੀ ਦੀ ਮਾਤਰਾ ਪਾਈ ਜਾਂਦੀ ਹੈ ਇਸ ਤੋਂ ਇਲਾਵਾ 60 ਤੋਂ 65 ਕੈਲੋਰੀਜ਼ ਪ੍ਰੋਟੀਨ ਤੇ ਫੈਟ 0.5% ਦੇ ਲਗਭਗ ਹੈ ਅੰਗੂਰਾਂ ਵਿੱਚ ਕਾਰਬੋਹਾਈਡਰੇਟ 15 ਗ੍ਰਾਮ ਦੇ ਆਸ-ਪਾਸ ਅਤੇ ਫਾਈਬਰ 1 ਗ੍ਰਾਮ ਦੇ ਲਗਭਗ ਹੈ ਕੁਦਰਤ ਦੇ ਇਸ ਅਨਮੋਲ ਤੋਹਫੇ ਅੰਦਰ ਮਿਨਰਲ ਭਰਪੂਰ ਮਾਤਰਾ ਵਿੱਚ ਹੈ ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਕਾਪਰ ਆਦ ਬਹੁਤ ਤਰ੍ਹਾਂ ਦੇ ਮਿਨਰਲ ਇਨ੍ਹਾਂ ਵਿੱਚ ਮੌਜੂਦ ਹਨ। ਵਿਟਾਮਿਨਸ ਦੀ ਗੱਲ ਕਰੀਏ ਤਾਂ ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਕੇ, ਵਿਟਾਮਿਨ ਬੀ1, ਬੀ2, ਬੀ6, ਬੀ12 ਅੰਗੂਰਾਂ ਵਿੱਚ ਪਾਏ ਜਾਂਦੇ ਹਨ। ਐਂਟੀਆਕਸੀਡੈਂਟ ਦੀ ਮਾਤਰਾ ਅੰਗੂਰਾਂ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਪਾਈ ਜਾਂਦੀ ਹੈ ਜਿਨ੍ਹਾਂ ਕਰਕੇ ਇਹ ਬਹੁਤ ਹੀ ਗੁਣਕਾਰੀ ਤੇ ਅਨਮੋਲ ਬਣ ਜਾਂਦੇ ਹਨ। ਖਾਸ ਤੌਰ ਤੇ ਜ਼ਿਕਰ ਕਰਨਯੋਗ ਹਨ ਐਂਥੋਸਿਆਨਿਨਸ ਰੈਸਪੀਰੇਟ ਰੋਲ ਬੀਟਾ ਕੈਰੋਟਨ ਲੂਟੇਨ ਸਮੇਤ ਹੋਰ ਬਹੁਤ ਸਾਰੇ ਐਂਟੀਆਕਸੀਡੈਂਟ ਹਨ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ-ਦੁਆਲੇ ਕਈ ਰੰਗਾਂ ਦੇ ਅੰਗੂਰ ਬਾਜ਼ਾਰ ਵਿੱਚ ਪਾਏ ਜਾਂਦੇ ਹਨ ਜਿਵੇਂ ਗ੍ਰੀਨ ਪਰਪਲ ਰੈਡੀਸ਼ ਡਾਰਕ ਰੈਡੀਸ਼ ਬਲੈਕ ਕਲਰ ਆਦ ਮਿਲ ਜਾਂਦੇ ਹਨ ਜਿੰਨਾ ਅੰਗੂਰਾਂ ਦਾ ਕਲਰ ਜ਼ਿਆਦਾ ਡਾਰਕ ਹੋਵੇਗਾ ਉਨਾਂ ਉਹਨਾਂ ਵਿੱਚ ਐਂਥੋਸਿਆਨਿਨਸ ਉਨੇ ਹੀ ਜ਼ਿਆਦਾ ਮਾਤਰਾ ਵਿੱਚ ਹੋਣਗੇ ਸੋ ਅੰਗੂਰ ਮਿਨਰਲਸ ਵਿਟਾਮਿਨਸ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹਨ ਇਹਨਾਂ ਨੂੰ ਖਾਣ ਨਾਲ ਜਿੱਥੇ એનર્ਜੀ ਮਿਲਦੀ ਹੈ ਉੱਥੇ ਨਾਲ ਹੀ ਇਹਨਾਂ ਵਿੱਚਲੇ ਐਂਟੀਆਕਸੀਡੈਂਟ ਆਕਸੀਡੇਟਿਵ ਸਟ्रेस ਤੋਂ ਬਚਾਉਂਦੇ ਹਨ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੇ ਹਨ ਜਿਸ ਕਰਕੇ ਬਿਮਾਰੀਆਂ ਤੋਂ ਬਚਾ ਰਹਿਂਦਾ ਹੈ ਇਹਨਾਂ ਵਿੱਚ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਪਾਈ ਜਾਂਦੀ ਹੈ ਇਹ ਬਲੱਡ ਸ਼ੂਗਰ ਨੂੰ ਰੈਗੂਲੇਟ ਕਰਦੇ ਹਨ ਇਹ ਐਂਟੀਆਕਸੀਡੈਂਟ ਸਾਨੂੰ ਸਰੀਰ ਦੇ ਕਈ ਤਰ੍ਹਾਂ ਦੇ ਕੈਂਸਰ ਤੋਂ ਵੀ ਬਚਾਉਂਦੇ ਹਨ। ਸੋ ਅੰਗੂਰ ਸਰੀਰ ਦੇ ਸਾਰੇ ਹੀ ਆਰਗਨਸ ਲਈ ਲਾਹੇਵੰਦ ਸਿੱਧ ਹੁੰਦੇ ਹਨ। ਅੰਗੂਰ ਸਾਡੇ ਕਾਰਡੀਓ ਵੈਸਕੂਲਰ ਸਿਸਟਮ ਲਈ ਬਹੁਤ ਵਧੀਆ ਹਨ। ਭਾਵ ਸਾਡੇ ਹਾਰਟ ਨੂੰ ਸਿਹਤਮੰਦ ਰੱਖਦੇ ਹਨ। ਇਸ ਵਿੱਚ ਪਾਇਆ ਜਾਂਦਾ ਐਂਟੀਆਕਸੀਡੈਂਟ ਰੈਸਵੇਰਾਟ੍ਰੋਲ ਸਾਡੇ ਕੋਲੇਸਟ੍ਰੋਲ ਦੇ ਮੈਟਾਬੋਲਿਜ਼ਮ ਨੂੰ ਠੀਕ ਰੱਖਦਾ ਹੈ। ਬੈਡ ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਫ੍ਰੈਂਡਲੀ ਕੈਸਟੋਰ ਨੂੰ ਠੀਕ ਰੱਖਦਾ ਹੈ। ਰੈਸਟ੍ਰੋਲ, ਟਾਈਗਰਸ ਰਾਈਡ ਨੂੰ ਨਾਰਮਲ ਰੱਖਦਾ ਹੈ। ਅੰਗੂਰਾਂ ਵਿੱਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਸਾਡੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ ਵਿੱਚ ਮਦਦ ਕਰਦਾ ਹੈ। ਕੁੱਲ ਮਿਲਾ ਕੇ ਅੰਗੂਰ ਸਾਡੇ ਹਾਰਟ ਲਈ ਬਹੁਤ ਲਾਇਵ ਹਨ। ਪੂਰੀ ਦੁਨੀਆ ਵਿੱਚ ਹਾਰਟ ਨਾਲ ਸੰਬੰਧਤ ਬਹੁਤ ਬਿਮਾਰੀਆਂ ਵੱਧ ਰਹੀਆਂ ਹਨ। ਸੋ ਅੰਗੂਰਾਂ ਦੇ ਇਸਤੇਮਾਲ ਨਾਲ ਅਸੀਂ ਇਹਨਾਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਅੰਗੂਰਾਂ ਦਾ ਇਸਤੇਮਾਲ ਸਾਡੇ ਬ੍ਰੇਨ ਲਈ ਵੀ ਬਹੁਤ ਫਾਇਦੇਮੰਦ ਹੈ। ਇਹ ਸਾਡੀ ਮੈਮਰੀ ਨੂੰ ਠੀਕ ਰੱਖਦੇ ਹਨ, ਸਾਡੀ ਸੋਚਨ ਸਮਝਣ ਦੀ ਸਮਰੱਥਾ ਨੂੰ ਠੀਕ ਰੱਖਦੇ ਹਨ। ਰੈਸਪਰੇਟੋਲ ਦੀ ਮਦਦ ਨਾਲ ਸਾਡਾ ਬ੍ਰੇਨ ਫੰਕਸ਼ਨ ਵਧੀਆ ਰਹਿੰਦਾ ਹੈ। ਜਦੋਂ ਸੀ ਅੰਗੂਰਾਂ ਦੀ ਵਰਤੋਂ ਕਰਦੇ ਹਾਂ, ਅੰਗੂਰਾਂ ਵਿੱਚ ਪਾਇਆ ਜਾਣ ਵਾਲਾ ਮੈਲਾਟੋਨਿਨ ਸਾਡੀ ਨੀਂਦ ਨੂੰ ਠੀਕ ਰੱਖਦਾ ਹੈ। ਸਾਨੂੰ ਸਟ्रेस ਤੋਂ ਬਚਾਉਂਦਾ ਹੈ। ਅੰਗੂਰਾਂ ਵਿੱਚ ਪਾਇਆ ਜਾਣ ਵਾਲੇ ਮਿਨਰਲਸ, ਵਿਟਾਮਿਨ ਤੇ ਐਂਟੀਆਕਸੀਡੈਂਟਸ ਸਾਡੇ ਦਿਮਾਗ ਨੂੰ ਤੰਦਰੁਸਤ ਰੱਖਦੇ ਹਨ ਜਿਸ ਕਰਕੇ ਸਾਡਾ ਦਿਮਾਗ ਸਹੀ ਤਰੀਕੇ ਨਾਲ ਕੰਮ ਕਰਦਾ ਰਹਿੰਦਾ ਹੈ। ਅੰਗੂਰਾਂ ਵਿੱਚ ਪਾਏ ਜਾਣ ਵਾਲੇ ਮਿਨਰਲ ਜਿਵੇਂ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਇਸ ਤੋਂ ਇਲਾਵਾ ਵਿਟਾਮਿਨ ਸੀ, ਵਿਟਾਮਿਨ ਕੇ, ਵਿਟਾਮਿਨ ਬੀ 6, 12 ਇਹ ਸਾਰਾ ਕੁਝ ਸਾਡੀਆਂ ਹੱਡੀਆਂ ਲਈ ਬਹੁਤ ਫਾਇਦੇਮੰਦ ਹੈ। ਇਹ ਬੋਨਸ ਨੂੰ ਸਟਰੋਂਗ ਕਰਦਾ ਹੈ। ਅੰਗੂਰਾਂ ਵਿਚਲਾ ਰੈਸਵੇਰੇਟ੍ਰੋਲ ਬੋਨ ਡੈਸਟੀ ਨੂੰ ਵਧਾਉਂਦਾ ਹੈ। ਸ਼ੂ ਅੰਗੂਰ ਸਾਡੀਆਂ ਹੱਡੀਆਂ ਲਈ ਵੀ ਬਹੁਤ ਫਾਇਦੇਮੰਦ ਹਨ ਅੰਗੂਰ ਸਾਡੀ ਸਕਿਨ ਅਤੇ ਵਾਲਾਂ ਲਈ ਵੀ ਬਹੁਤ ਵਧੀਆ ਹਨ ਅੰਗੂਰਾ ਵਿੱਚਲੇ ਐਂਟੀਆਕਸੀਡੈਂਟ ਸਕਿਨ ਨੂੰ ਬ੍ਰਾਈਟ ਅਤੇ ਟਾਈਟ ਰੱਖਦੇ ਹਨ ਇਹ ਵਾਲਾਂ ਨੂੰ ਵੀ ਮਜ਼ਬੂਤ ਬਣਾਉਂਦੇ ਹਨ ਅੰਗੂਰਾ ਵਿੱਚ ਪਾਈ ਜਾਣ ਵਾਲੀ ਐਂਟੀਏਜਿੰਗ ਪ੍ਰੋਪਰਟੀ ਸਾਡੀ ਸਕਿਨ ਨੂੰ ਜਵਾਨ ਰੱਖਦੀ ਹੈ ਜਿਸ ਕਰਕੇ ਅੰਗੂਰ ਸਾਨੂੰ ਜਵਾਨ ਰੱਖਣ ਵਿੱਚ ਮਦਦ ਕਰਦੇ ਹਨ ਅੰਗੂਰ ਸਾਨੂੰ ਕੈਂਸਰ ਤੋਂ ਵੀ ਬਚਾਉਂਦੇ ਹਨ ਰੈਸਪਰੇਟ੍ਰੋਲ ਸਮੇਤ ਹੋਰ ਬਹੁਤ ਸਾਰੇ ਐਂਟੀਆਕਸੀਡੈਂਟ ਕੈਂਸਰ ਸੈੱਲਾਂ ਨੂੰ ਪੈਦਾ ਹੋਣ ਤੋਂ ਰੋਕਦੇ ਹਨ ਜਿਸ ਕਰਕੇ ਸਰੀਰ ਨੂੰ ਕੈਂਸਰ ਹੋਣ ਦੇ ਚਾਂਸ ਬਹੁਤ ਘਟ ਜਾਂਦੇ ਹਨ ਅੰਗੂਰਾਂ ਦੀ ਲਗਾਤਾਰ ਵਰਤੋਂ ਨਾਲ ਮੋਟਾਪਾ ਵੀ ਘਟ ਹੁੰਦਾ ਹੈ ਐਂਥੋਸਿਆਨਿਨਸ ਅੰਦਰ ਐਂਟੀਓਬੈਸਟੀ ਪ੍ਰੋਪਰਟੀ ਪਾਈ ਜਾਂਦੀ ਹੈ ਜੋ ਸਰੀਰ ਨੂੰ ਮੋਟਾਪੇ ਤੋਂ ਬਚਾਉਂਦੀ ਹੈ ਅੰਗੂਰਾਂ ਦੀ ਵਰਤੋਂ ਕਦੋਂ ਕਰਨੀ ਹੈ ਕਿਵੇਂ ਕਰਨੀ ਹੈ ਤੇ ਕਿੰਨੀ ਮਾਤਰਾ ਵਿੱਚ ਕਰਨੀ ਹੈ ਇਹ ਜਾਨਣਾ ਵੀ ਜ਼ਰੂਰੀ ਹੈ ਤਾਂ ਕਿ ਸਹੀ ਤਰੀਕੇ ਨਾਲ ਸਹੀ ਮਾਤਰਾ ਵਿੱਚ ਵਰਤੋਂ ਕਰਕੇ ਅਸੀਂ ਇਹਨਾਂ ਦੇ ਫਾਇਦੇ ਲੈ ਸਕੀਏ ਅੰਗੂਰਾਂ ਦੀ ਵਰਤੋਂ ਅਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ ਇਹਨਾਂ ਨੂੰ ਧੋ ਕੇ ਇਕੱਲਿਆਂ ਵੀ ਖਾਧਾ ਜਾ ਸਕਦਾ ਹੈ ਕਿਸੇ ਹੋਰ ਫਰੂਟ ਨਾਲ ਮਿਲਾ ਕੇ ਵੀ ਖਾ ਸਕਦੇ ਹਾਂ ਕਿਸੇ ਮਿੱਠੇ ਪਦਾਰਥ ਵਿੱਚ ਪਾ ਕੇ ਵੀ ਖਾ ਸਕਦੇ ਹਾਂ ਅੰਗੂਰਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਹੀ ਖਾਣਾ ਚਾਹੀਦਾ ਹੈ ਸਵੇਰ ਦੀ ਬ੍ਰੇਕਫਾਸਟ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। 스낵ਸ ਦੀ ਜਗ੍ਹਾ ਅੰਗੂਰਾਂ ਨੂੰ ਖਾਧਾ ਜਾ ਸਕਦਾ ਹੈ। ਅਨ ਹੈਲਦੀ 스낵ਸ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬ੍ਰੇਕਫਾਸਟ ਤੇ ਲੰਚ ਦੇ ਵਿੱਚ ਜਾਂ ਲੰਚ ਤੇ ਡਿਨਰ ਦੇ ਵਿੱਚ ਵੀ ਇਹਨਾਂ ਨੂੰ 스낵ਸ ਦੇ ਤੌਰ ਤੇ ਖਾਧਾ ਜਾ ਸਕਦਾ ਹੈ। ਇੱਕ ਆਮ ਇਨਸਾਨ ਨੂੰ ਹਰ ਰੋਜ਼ 50 ਤੋਂ 100 ਗ੍ਰਾਮ ਸਵੇਰੇ ਤੇ 50 ਤੋਂ 100 ਗ੍ਰਾਮ ਸ਼ਾਮ ਨੂੰ ਅੰਗੂਰ ਖਾਣੇ ਚਾਹੀਦੇ ਹਨ। ਸੋ ਇਸ ਤਰੀਕੇ ਨਾਲ ਅਸੀਂ ਦੇਖਿਆ ਕਿ ਅੰਗੂਰ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਲਾਹੇਵੰਦ ਫਲ ਹੈ ਤੇ ਇਹ ਆਮ ਹੀ ਸਾਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੇ ਹਨ ਸੋ ਅੰਗੂਰਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਸਰੀਰ ਨੂੰ ਵਿੱਚ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਸੋ ਅੱਜ ਦੀ ਇਹ ਜਾਣਕਾਰੀ ਆਪ ਜੀ ਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ